ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਸੋ ਪਿਆਰੇ ਬੱਚਿਓ, ਜਿਵੇਂ ਤੁਹਾਨੂੰ ਪਤਾ ਹੈ ਕਿ ਕਰੋਨਾ ਵਾਇਰਸ ਨਾਂ ਦੀ ਇੱਕ ਭਿਆਨਕ ਬਿਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੇ ਚੁੰਗਲ ਵਿੱਚ ਲਿਆ ਹੋਇਆ ਹੈ। ਦੁਨੀਆ ਦਾ ਕੋਈ ਕੋਨਾ, ਕੋਈ ਦੇਸ਼ ਅਜਿਹਾ ਨਹੀਂ ਜਿਹੜਾ ਇਸ ਬਿਮਾਰੀ ਤੋਂ ਬਚ ਸਕਿਆ ਹੋਵੇ। ਸੋ ਅਜਿਹੇ ਸਮੇਂ ਆਸ ਕਰਦੇ ਹਾਂ ਕਿ ਤੁਸੀਂ ਸੁਰੱਖਿਅਤ ਹੋਵੋਗੇ, ਤੰਦਰੁਸਤ ਹੋਵੋਗੇ, ਘਰ ਪਰਿਵਾਰ ਰਾਜ਼ੀ ਖੁਸ਼ੀ ਹੋਵੇਗਾ। ਸੋ ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਡੇ ਨਾਲ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਪੁਸਤਕ ਹੈ ਵੰਨਗੀ, ਉਹਦੇ ਵਿੱਚ ਸਰਦਾਰ ਗੁਰਚਰਨ ਸਿੰਘ ਜਸੂਜਾ ਹੋਰਾਂ ਦੁਆਰਾ ਲਿਖੇ ਇੱਕ ਇਕਾਂਗੀ ਗਊਮੁਖਾ ਸ਼ੇਰਮੁਖਾ ਬਾਰੇ ਗੱਲਬਾਤ ਕਰਾਂਗਾ। ਸੋ ਪਿਆਰੇ ਬੱਚਿਓ, ਇਸ ਤੋਂ ਪਹਿਲਾਂ ਅਸੀਂ ਗਊਮੁਖਾ ਸ਼ੇਰਮੁਖਾ ਇਕਾਂਗੀ ਬਾਰੇ ਪੜ੍ਹੀਏ। ਮੈਂ ਚਾਰ ਕੁ ਸ਼ਬਦਾਂ ਵਿੱਚ ਤੁਹਾਨੂੰ ਇਹ ਦੱਸਾਂਗਾ ਕਿ ਇਕਾਂਗੀ ਹੁੰਦੀ ਕੀ ਹੈ, ਭਾਵ ਕਿ ਅਸੀਂ ਇਕਾਂਗੀ ਨੂੰ ਪੜ੍ਹਨ ਤੋਂ ਪਹਿਲਾਂ ਇਕਾਂਗੀ ਸ਼ਬਦ ਦੇ ਸੰਕਲਪ ਨੂੰ ਸਮਝਾਂਗੇ। ਸੋ ਆਓ ਪਹਿਲਾਂ ਇਹ ਦੇਖਦੇ ਹਾਂ ਕਿ ਇਕਾਂਗੀ ਹੁੰਦਾ ਕੀ ਹੈ। ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਇਕਾਂਗੀ ਸ਼ਬਦ ਬਾਰੇ ਜਾਣਦੇ ਹਾਂ ਕਿ ਇਕਾਂਗੀ ਹੈ ਕੀ। ਇਕਾਂਗੀ ਇਕਾਂਗੀ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ, ਇੱਕ ਅੰਗੀ। ਇਕਾਂਗੀ ਤੋਂ ਭਾਵ ਉਹ ਨਾਟਕ ਜਿਸ ਦਾ ਸਿਰਫ ਇੱਕ ਹੀ ਅੰਗ ਹੁੰਦਾ, ਭਾਵ ਕਿ ਉਹ ਨਾਟਕ ਜਿਸ ਵਿੱਚ ਇੱਕ ਥਾਂ ਤੇ ਇੱਕੋ ਸਮੇਂ ਇੱਕ ਹੀ ਘਟਨਾ ਵਾਪਰਦੀ ਹੈ ਉਸ ਨੂੰ ਇਕਾਂਗੀ ਕਿਹਾ ਜਾਂਦਾ। ਹੁਣ ਅਸੀਂ ਇਸ ਇਕਾਂਗੀ ਦੇ ਇਕਾਂਗੀਕਾਰ ਬਾਰੇ ਪੜ੍ਹਦੇ ਹਾਂ, ਜਿਸ ਨੇ ਇਸ ਖੂਬਸੂਰਤ ਇਕਾਂਗੀ ਦੀ ਰਚਨਾ ਕੀਤੀ। ਅਸੀਂ ਥੋੜ੍ਹੀ ਜਾਣਕਾਰੀ ਉਹਦੇ ਬਾਰੇ ਹਾਸਲ ਕਰਦੇ ਹਾਂ। ਇਹ ਇਕਾਂਗੀ ਦੂਜੀ ਪੀੜ੍ਹੀ ਦੇ ਨਾਟਕਕਾਰ ਗੁਰਚਰਨ ਸਿੰਘ ਜਸੂਜਾ ਹੋਰਾਂ ਦੀ ਲਿਖੀ ਹੋਈ ਹੈ। ਗੁਰਚਰਨ ਸਿੰਘ ਜਸੂਜਾ ਹੋਰਾਂ ਦਾ ਜਨਮ 1 ਮਈ 1925 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ। ਉਹਨਾਂ ਦੀ ਮਾਤਾ ਦਾ ਨਾਮ ਸ਼੍ਰੀਮਤੀ ਗਿਆਨ ਕੌਰ, ਉਹਨਾਂ ਦੇ ਪਿਤਾ ਦਾ ਨਾਮ ਮੋਹਨ ਸਿੰਘ ਜਸੂਜਾ, ਅਤੇ ਉਹਨਾਂ ਨੇ MA ਪੰਜਾਬੀ ਪਾਸ ਕੀਤੀ ਹੋਈ ਸੀ। ਪਿਆਰੇ ਬੱਚੋ, ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਕਲਰਕ ਵਜੋਂ ਨੌਕਰੀ ਕੀਤੀ, ਫਿਰ ਸਕੂਲ ਅਧਿਆਪਕ, ਫਿਰ ਇੱਕ ਬੈਂਕ ਵਿੱਚ ਨੌਕਰੀ ਕੀਤੀ, ਅਤੇ ਉਸ ਤੋਂ ਬਾਅਦ ਉਹ ਵੀ ਨੌਕਰੀ ਛੱਡ ਕੇ ਉਹ ਵਪਾਰ ਕਰਨ ਲੱਗ ਪਏ ਸੀ। ਸ਼ੁਰੂ ਸ਼ੁਰੂ ਵਿੱਚ ਉਹਨਾਂ ਨੇ ਲਿਖਾਰੀ ਅਤੇ ਰੋਜ਼ਾਨਾ ਖਾਲਸਾ ਸੇਵਕ ਮੈਗਜ਼ੀਨ ਦੇ ਵਿੱਚ ਕੰਮ ਕੀਤਾ। ਪਿਆਰੇ ਵਿਦਿਆਰਥੀਓ, ਗੁਰਚਰਨ ਸਿੰਘ ਜਸੂਜਾ ਹੋਰਾਂ ਦੇ ਜਿੰਨੇ ਵੀ ਨਾਟਕ ਹੈ ਉਹਨਾਂ ਦਾ ਵਿਸ਼ਾ ਹੇਠਲੀ ਮੱਧ ਸ਼੍ਰੇਣੀ ਦੀਆਂ ਆਰਥਿਕ ਸਮੱਸਿਆਵਾਂ। ਸੋ ਉਹਨਾਂ ਨੇ ਹੇਠਲੀ ਮੱਧ ਸ਼੍ਰੇਣੀ ਦੀਆਂ ਆਰਥਿਕ ਸਮੱਸਿਆਵਾਂ ਨੂੰ ਬੜੇ ਮਨੋਵਿਗਿਆਨਕ ਢੰਗ ਨਾਲ ਪੇਸ਼ ਕੀਤਾ। ਅਸੀਂ ਉਹਨਾਂ ਦੀਆਂ ਕੀਤੀਆਂ ਹੋਈਆਂ ਰਚਨਾਵਾਂ ਬਾਰੇ ਜਾਣਦੇ ਹਾਂ। ਸੋ ਮੱਕੜੀ ਦਾ ਜਾਲ, ਕੰਧਾਂ ਰੇਤ ਦੀਆਂ, ਅੰਧਕਾਰ, ਚੜਿਆ ਸੋਧਣ ਧਰਤ ਲੁਕਾਈ, ਇੱਕ ਹੀਰੋ ਦੀ ਤਲਾਸ਼, ਰਚਨਾ ਰਾਮ ਬਣਾਈ, ਬਾਦਸ਼ਾਹ ਦਰਵੇਸ਼, ਜਿਸ ਡਿੱਠੇ ਸਭ ਦੁੱਖ ਜਾਏ, ਪਾਰਸ ਦੀ ਸ਼ੋਅ, ਕਰਤਾਰਪੁਰ ਦੀ ਅਮਰ ਕਥਾ, ਸੁਖਮਨੀ ਦੇ ਚਾਨਣ ਵਿੱਚ, ਗੁਰੂ ਗਰੀਬ ਨਵਾਜ਼, ਜੰਗਲ, ਮੱਖਣ ਸ਼ਾਹ, ਪਰੀਆਂ, ਇਹ ਉਹਨਾਂ ਦੇ ਰਚੇ ਹੋਏ ਪੂਰੇ ਨਾਟਕ ਹੈ। ਅਤੇ ਇਹਨਾਂ ਦੇ ਵਿੱਚੋਂ ਜੰਗਲ ਅਤੇ ਪਾਰਸ ਦੀ ਸ਼ੋਅ ਇਹਦੋ ਕਾਵਿ ਨਾਟਕ ਹੈ। ਹੁਣ ਅਸੀਂ ਉਹਨਾਂ ਦੁਆਰਾ ਰਚੇ ਇਕਾਂਗੀ ਸੰਗ੍ਰਹਿ ਬਾਰੇ ਜਾਣਦੇ ਹਾਂ। ਗਊਮੁਖਾ ਸ਼ੇਰਮੁਖਾ, ਇਹਦੀ ਰਚਨਾ ਉਹਨਾਂ ਨੇ 1955 ਦੇ ਵਿੱਚ ਕੀਤੀ। ਚਾਰ ਦੀਵਾਰੀ, ਇਹਦੀ ਰਚਨਾ 1964 'ਚ ਕੀਤੀ। ਪਛਤਾਵਾ, ਇਹਦੀ ਰਚਨਾ ਉਹਨਾਂ ਨੇ 1965 'ਚ ਕੀਤੀ। ਆਪ ਬੀਤੀ ਜੱਗ ਬੀਤੀ, ਰਚਨਾ 1975 ਵਿੱਚ ਕੀਤੀ। ਅਤੇ ਸਿਖਰ, ਦੁਪਹਿਰ ਅਤੇ ਹਨੇਰਾ, ਇਹਦੀ ਰਚਨਾ ਉਹਨਾਂ ਨੇ 1983 ਦੇ ਵਿੱਚ ਕੀਤੀ। ਨਾਟਕ ਅਤੇ ਇਕਾਂਗੀਆਂ ਤੋਂ ਇਲਾਵਾ ਪਿਆਰੇ ਬੱਚੋ, ਉਹਨਾਂ ਨੇ ਦੋ ਆਲੋਚਨਾ ਦੀਆਂ ਕਿਤਾਬਾਂ ਵੀ ਦਿੱਤੀਆਂ। ਪਹਿਲੀ ਸੀਗੀ ਪੰਜਾਬੀ ਸਾਹਿਤਕਾਰ,
ਅਤੇ ਦੂਸਰੀ ਸੀਗੀ ਪੰਜਾਬੀ ਨਾਟਕ ਸਿਧਾਂਤ ਅਤੇ ਤਕਨੀਕ। ਇਸ ਤੋਂ ਇਲਾਵਾ ਉਹਨਾਂ ਨੇ ਬਾਲ ਸਾਹਿਤ ਵੀ ਰਚਿਆ। ਇੱਕ ਉਹਨਾਂ ਦਾ ਬਾਲ ਨਾਟਕ ਸੀ ਅਸਮਾਨ ਡਿੱਗ ਪਿਆ, ਇਹ ਕਾਵਿ ਨਾਟਕ ਹੈ ਪਿਆਰੇ ਬੱਚਿਓ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਭਾਸ਼ਾਵਾਂ ਦੇ ਬਹੁਤ ਸਾਰੇ ਨਾਟਕਾਂ ਦਾ ਪੰਜਾਬੀ ਦੇ ਵਿੱਚ ਵੀ ਅਨੁਵਾਦ ਕੀਤਾ। ਸੋ ਵਾਲਪੁੰਨੀ, ਪਹਿਲਾ ਰਾਜਾ, ਆਦਿਕ ਦੂਰੇ, ਇਹ ਉਹ ਨਾਟਕ ਹੈ ਜਿਨ੍ਹਾਂ ਦਾ ਉਹਨਾਂ ਨੇ ਅਨੁਵਾਦ ਕੀਤਾ। ਹੁਣ ਅਸੀਂ ਉਹਨਾਂ ਦੀਆਂ ਕਿਰਤਾਂ ਦੇ ਬਦਲੇ ਉਹਨਾਂ ਨੂੰ ਮਿਲੇ ਹੋਏ ਮਾਣ ਸਨਮਾਨ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਪੰਜਾਬੀ ਅਕੈਡਮੀ ਨਵੀਂ ਦਿੱਲੀ ਵੱਲੋਂ 1983 ਦੇ ਵਿੱਚ ਉਹਨਾਂ ਨੂੰ ਸਾਹਿਤਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸੋ 1987 ਦੇ ਵਿੱਚ ਦਿੱਲੀ ਨਾਟਿਆ ਸੰਘ ਸਨਮਾਨ ਪ੍ਰਾਪਤ ਹੋਇਆ। 1991 ਦੇ ਵਿੱਚ ਕਰਤਾਰ ਸਿੰਘ ਧਾਲੀਵਾਲ ਅਵਾਰਡ ਪ੍ਰਾਪਤ ਹੋਇਆ। 1993 ਦੇ ਵਿੱਚ ਸ਼੍ਰੋਮਣੀ ਪੰਜਾਬੀ ਨਾਟਕਕਾਰ ਦਾ ਅਵਾਰਡ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਲੋਕ ਕਲਾ ਮੰਚ ਅੰਮ੍ਰਿਤਸਰ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬੀ ਲੇਖਕ ਸਭਾ ਨਵੀਂ ਦਿੱਲੀ ਵੱਲੋਂ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ। ਕੇਂਦਰੀ ਪੰਜਾਬੀ ਸਾਹਿਤ ਸੰਮੇਲਨ ਦਿੱਲੀ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸੋ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਟੈਲੀਫਿਲਮ ਸਕ੍ਰਿਪਟ ਨਾਟਕ ਲੇਖਕ ਦਾ ਪੁਰਸਕਾਰ ਉਹਨਾਂ ਨੂੰ 1997 ਵਿੱਚ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਫੁੱਲ ਮੈਮੋਰੀਅਲ ਮੰਚਨ ਅਵਾਰਡ ਵੀ ਉਹਨਾਂ ਨੂੰ ਮਿਲਿਆ 1998 ਦੇ ਵਿੱਚ। ਪਿਆਰੇ ਬੱਚਿਓ, ਉਹਨਾਂ ਦੇ ਸਾਰੇ ਨਾਟਕ ਰੇਡੀਓ ਅਤੇ ਟੈਲੀਵਿਜ਼ਨ 'ਤੇ ਬੜੀ ਹੀ ਸਫਲਤਾ ਨਾਲ ਪ੍ਰਸਾਰਿਤ ਹੋਏ ਅਤੇ ਬੜੀ ਸਫਲਤਾ ਨਾਲ ਮੰਚ 'ਤੇ ਖੇਡੇ ਵੀ ਗਏ। ਉਹਨਾਂ ਦੇ ਪਹਿਲੇ ਹੀ ਇਕਾਂਗੀ ਜਿਹੜਾ ਅਸੀਂ ਅੱਜ ਪੜ੍ਹਨਾ ਗਊਮੁਖਾ ਸ਼ੇਰਮੁਖਾ, ਉਹਨੇ 1954 ਵਿੱਚ ਆਲ ਇੰਡੀਆ ਰੇਡੀਓ ਦੇ ਨਾਟਕ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਸੋ ਇੱਕ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰਾਂ ਪਿਆਰੇ ਵਿਦਿਆਰਥੀਓ, ਗੁਰਚਰਨ ਸਿੰਘ ਜਸੂਜਾ ਹੁਰੀ ਸ਼ੁਰੂ ਵਿੱਚ ਕਵਿਤਾ ਵੀ ਲਿਖਦੇ ਰਹੇ ਆ। ਪਿਆਰੇ ਵਿਦਿਆਰਥੀਓ, ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਇਕਾਂਗੀ ਦਾ ਨਾਂ ਹੈ ਗਊਮੁਖਾ ਸ਼ੇਰਮੁਖਾ। ਸੋ ਇਕਾਂਗੀ ਸਾਨੂੰ ਫਿਰ ਸਮਝ ਲੱਗੂਗੀ ਜੇ ਸਾਨੂੰ ਗਊਮੁਖਾ ਅਤੇ ਸ਼ੇਰਮੁਖਾ ਦਾ ਸੰਕਲਪ ਕਲੀਅਰ ਹੋਊਗਾ। ਸੋ ਅਸੀਂ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਗਊਮੁਖਾ ਅਤੇ ਸ਼ੇਰਮੁਖਾ ਕੀ ਹੁੰਦਾ। ਗਊਮੁਖਾ ਅਤੇ ਸ਼ੇਰਮੁਖਾ, ਗਊਮੁਖੇ ਤੋਂ ਭਾਵ ਗਾਂ ਦੇ ਮੂੰਹ ਵਰਗਾ ਅਤੇ ਸ਼ੇਰਮੁਖੇ ਤੋਂ ਭਾਵ ਸ਼ੇਰ ਦੇ ਮੂੰਹ ਵਰਗਾ। ਪਿਆਰੇ ਵਿਦਿਆਰਥੀਓ, ਤੁਸੀਂ ਦੇਖਿਆ ਹੋਣਾ ਕਿ ਗਾਂ ਦਾ ਮੂੰਹ ਕੁਛ ਇਸ ਤਰ੍ਹਾਂ ਹੁੰਦਾ, ਅੱਗੋਂ ਭੀੜਾ ਅਤੇ ਪਿੱਛੋਂ ਚੌੜਾ, ਜਦੋਂ ਕਿ ਸ਼ੇਰ ਦਾ ਮੂੰਹ ਕੁਛ ਇਸ ਤਰ੍ਹਾਂ ਹੁੰਦਾ, ਪਿੱਛੋਂ ਭੀੜਾ ਅਤੇ ਅੱਗੋਂ ਚੌੜਾ। ਸੋ ਇਹ ਦੋਵੇਂ ਸ਼ਬਦ ਮਕਾਨ ਦੀ ਖਰੀਦ ਅਤੇ ਵੇਚ ਨਾਲ ਜੁੜੇ ਹੋਏ ਨੇ। ਜਿਹੜਾ ਮਕਾਨ ਪਿੱਛੋਂ ਚੌੜਾ ਹੋਵੇ, ਅੱਗੋਂ ਭੀੜਾ ਹੋਵੇ, ਉਸ ਨੂੰ ਗਊਮੁਖਾ ਕਿਹਾ ਜਾਂਦਾ, ਅਤੇ ਜਿਹੜਾ ਮਕਾਨ ਅੱਗੋਂ ਚੌੜਾ ਹੋਵੇ, ਪਿੱਛੋਂ ਭੀੜਾ ਹੋਵੇ, ਉਸ ਨੂੰ ਸ਼ੇਰਮੁਖਾ ਕਿਹਾ ਜਾਂਦਾ। ਹਿੰਦੁਸਤਾਨ ਦੇ ਵਿੱਚ ਇਸ ਗੱਲ ਦਾ ਵਹਿਮ ਕੀਤਾ ਜਾਂਦਾ ਹੈ ਕਿ ਜਿਹੜਾ ਗਊਮੁਖਾ ਮਕਾਨ ਹੁੰਦਾ ਹੈ ਉਹ ਮਕਾਨ ਮਾਲਕ ਦੇ ਹੱਕ ਵਿੱਚ ਚੰਗਾ ਹੁੰਦਾ, ਅਤੇ ਜਿਹੜਾ ਸ਼ੇਰਮੁਖਾ ਮਕਾਨ ਹੁੰਦਾ ਉਹ ਮਕਾਨ ਮਾਲਕ ਦੇ ਹੱਕ ਵਿੱਚ ਮਾੜਾ ਹੁੰਦਾ। ਇਹ ਵਹਿਮ ਕੀਤਾ ਜਾਂਦਾ ਕਿ ਜਿਸ ਤਰ੍ਹਾਂ ਸ਼ੇਰ ਜੰਗਲ ਦੇ ਬਾਕੀ ਸਾਰੇ ਜਾਨਵਰਾਂ ਨੂੰ ਖਾ ਜਾਂਦਾ, ਇਸੇ ਤਰ੍ਹਾਂ ਸ਼ੇਰਮੁਖਾ ਮਕਾਨ ਜਾਂ ਘਰ ਮਾਲਕ ਦੇ ਸਾਰੇ ਜੀਆਂ ਨੂੰ ਖਾ ਜਾਂਦਾ। ਪਰੰਤੂ ਪਿਆਰੇ ਵਿਦਿਆਰਥੀਓ, ਇਹ ਹੈ ਮੇਰਾ ਵਹਿਮ। ਅਸਲ ਵਿੱਚ ਇਹ ਵਿਗਿਆਨਿਕ ਨਜ਼ਰੀਆ ਹੈ। ਦੇਖੋ, ਗਊਮੁਖੀ ਮਕਾਨ ਦੇ ਵਿੱਚ ਜਿਹੜੀ ਥਾਂ ਅਸੀਂ ਛੱਤਣੀ ਹੁੰਦੀ ਹੈ ਉਹ ਵੱਧ ਹੁੰਦੀ ਹੈ, ਅਤੇ ਜਿਹੜੀ ਥਾਂ ਅਸੀਂ ਖਾਲੀ ਰੱਖਣੀ ਹੁੰਦੀ ਹੈ, ਭਾਵ ਕਿ ਜਿਹਨੂੰ ਸੁਰੱਖਿਅਤਾ ਲਈ ਅਸੀਂ ਵਲਗਣ ਮਾਰਨਾ ਹੁੰਦਾ ਉਹ ਥਾਂ ਸਾਡੇ ਕੋਲ ਘੱਟ ਹੁੰਦੀ ਹੈ, ਭਾਵ ਕਿ ਘਰ ਨੂੰ ਵਧੀਆ ਤਰੀਕੇ ਨਾਲ ਅਸੀਂ ਸੁਰੱਖਿਅਤ ਕਰ ਸਕਦੇ ਹਾਂ।
ਜਦੋਂ ਕਿ ਸ਼ੇਰਮੁਖੀ ਮਕਾਨ ਦੇ ਵਿੱਚ ਜਿਹੜੀ ਥਾਂ 'ਤੇ ਅਸੀਂ ਛੱਤਣਾ ਹੁੰਦਾ ਉਹ ਥਾਂ ਸਾਡੇ ਕੋਲ ਘੱਟ ਹੁੰਦੀ ਹੈ ਅਤੇ ਜਿਹੜੀ ਥਾਂ ਨੂੰ ਅਸੀਂ ਆਪਣੀ ਸੁਰੱਖਿਆ ਲਈ ਸਿਰਫ ਵਲਗਣ ਮਾਰਨਾ ਹੁੰਦਾ ਉਹ ਸਾਡੇ ਕੋਲ ਜ਼ਿਆਦਾ ਹੁੰਦੀ ਹੈ, ਭਾਵ ਕਿ ਇਸ ਤਰ੍ਹਾਂ ਅਸੀਂ ਆਪਣੇ ਮਕਾਨ ਨੂੰ ਪੂਰਨ ਰੂਪ ਵਿੱਚ ਸੁਰੱਖਿਅਤ ਨਹੀਂ ਕਰ ਸਕਦੇ। ਇਸ ਤੋਂ ਉਲਟ ਜਿਹੜੀਆਂ ਦੁਕਾਨਾਂ ਨੇ ਉਹ ਹਮੇਸ਼ਾ ਸ਼ੇਰਮੁਖੀਆਂ ਪਸੰਦ ਕੀਤੀਆਂ ਜਾਂਦੀਆਂ ਨੇ। ਇਸ ਤਰ੍ਹਾਂ ਮਕਾਨ ਗਊਮੁਖੀ ਪਸੰਦ ਕੀਤੇ ਜਾਂਦੇ ਨੇ ਅਤੇ ਦੁਕਾਨਾਂ ਸ਼ੇਰਮੁਖੀਆਂ ਪਸੰਦ ਕੀਤੀਆਂ ਜਾਂਦੀਆਂ ਨੇ, ਕਿਉਂਕਿ ਦੁਕਾਨ ਦੇ ਮਾਲਕ ਨੇ ਆਪਣਾ ਸਮਾਨ ਵੇਚਣ ਲਈ ਵੱਧ ਤੋਂ ਵੱਧ ਡਿਸਪਲੇ ਕਰਨਾ ਹੁੰਦਾ। ਹੁਣ ਅਸੀਂ ਇਸ ਇਕਾਂਗੀ ਦੇ ਪਾਤਰਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਇਸ ਇਕਾਂਗੀ ਦੇ ਮੁੱਖ ਪਾਤਰਾਂ ਵਿੱਚੋਂ ਸਾਡਾ ਸਭ ਤੋਂ ਪਹਿਲਾ ਪਾਤਰ ਹੈ ਕਿਸ਼ਨ ਦੇਈ। ਇਹ ਇੱਕ ਅੱਧਖੜ ਉਮਰ ਦੀ ਔਰਤ ਹੈ ਜਿਸ ਮਕਾਨ ਦਾ ਇਸ ਇਕਾਂਗੀ ਵਿੱਚ ਸੌਦਾ ਹੋ ਰਿਹਾ, ਇਹ ਉਸ ਮਕਾਨ ਦੀ ਮਾਲਕ ਹੈ, ਇਹ ਵਿਧਵਾ ਹੈ ਅਤੇ ਅੰਤ ਦੇ ਵਿੱਚ ਇਹ ਉਸ ਮਕਾਨ ਨੂੰ ਵੇਚ ਦਿੰਦੀ ਹੈ। ਅਗਲਾ ਸਾਡਾ ਪਾਤਰ ਹੈ ਸ਼ਰਨ ਸਿੰਘ। ਇਹ ਅੱਧਖੜ ਉਮਰ ਦਾ ਇੱਕ ਆਦਮੀ ਹੈ, ਇਹ ਪੇਸ਼ੇ ਵਜੋਂ ਦਲਾਲ ਹੈ। ਪਿਆਰੇ ਵਿਦਿਆਰਥੀਓ, ਦਲਾਲ ਉਹ ਹੁੰਦਾ ਜਿਹੜਾ ਕਿਸੇ ਵੀ ਵਸਤੂ ਨੂੰ ਵੇਚਣ ਵਾਲੇ ਅਤੇ ਖਰੀਦਣ ਵਾਲੇ ਦੇ ਵਿਚਕਾਰ ਪੈ ਕੇ ਉਸਦਾ ਸੌਦਾ ਕਰਵਾਉਂਦਾ ਹੈ। ਚੋਪੜਾ ਸਾਹਿਬ ਇੱਕ ਅੱਧਖੜ ਉਮਰ ਦਾ ਆਦਮੀ ਹੈ, ਇੱਕ ਹਿੰਦੂ ਜੈਂਟਲਮੈਨ ਹੈ ਜਿਹਨੇ ਸਿਰ ਦੇ ਉੱਪਰ ਹੈਟ ਲਿਆ ਹੋਇਆ ਅਤੇ ਜਿਸ ਮਕਾਨ ਦਾ ਸੌਦਾ ਹੋ ਰਿਹਾ ਹੈ ਇਹ ਉਸ ਮਕਾਨ ਨੂੰ ਖਰੀਦਣ ਵਾਸਤੇ ਆਉਂਦਾ ਹੈ। ਇਸ ਇਕਾਂਗੀ ਦਾ ਅਗਲਾ ਪਾਤਰ ਹੈ ਸੁਦਰਸ਼ਨ। ਇੱਕ 17-18 ਵਰ੍ਹਿਆਂ ਦਾ ਨੌਜਵਾਨ ਹੈ, ਇਹ ਕਿਸ਼ਨ ਦੇਈ ਦਾ ਮੁੰਡਾ ਹੈ ਜਿਹੜਾ 10ਵੀਂ 'ਚ ਪੜ੍ਹਦਾ ਅਤੇ 10ਵੀਂ ਪਾਸ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਬਾਰੇ ਸੋਚਦਾ। ਸੋ ਇਹ ਇਸ ਇਕਾਂਗੀ ਦੇ ਮੁੱਖ ਪਾਤਰ ਨੇ ਜਿਨ੍ਹਾਂ ਬਾਰੇ ਅਸੀਂ ਪੜ੍ਹਨਾ ਹੈ। ਅੱਗੇ ਜਾ ਕੇ ਅਸੀਂ ਇਹਨਾਂ ਪਾਤਰਾਂ ਦੇ ਪਾਤਰ ਚਿਤਰਨ ਵੀ ਕਰਾਂਗੇ, ਉੱਥੇ ਅਸੀਂ ਇਹਨਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰ। ਅਸੀਂ ਇਸ ਇਕਾਂਗੀ ਦਾ ਪਾਠ ਕਰਦੇ ਹਾਂ। ਅਸੀਂ ਦੇਖਦੇ ਹਾਂ ਜਦੋਂ ਇਕਾਂਗੀ ਸ਼ੁਰੂ ਹੁੰਦੀ ਹੈ ਤਾਂ ਇੱਕ ਬਾਜ਼ਾਰ ਦਾ ਸੀਨ ਹੈ। ਬਾਜ਼ਾਰ ਦੇ ਵਿੱਚ ਇੱਕ ਗਲੀ ਦੇ ਵਿੱਚ ਚੋਪੜਾ ਸਾਹਿਬ ਅਤੇ ਸ਼ਰਨ ਸਿੰਘ ਤੁਰੇ ਜਾ ਰਹੇ ਹੈ। ਉਹ ਇੱਕ ਕੋਨੇ ਉੱਤੇ ਰੁਕ ਕੇ ਆਪਸ ਵਿੱਚ ਗੱਲਾਂ ਕਰਨ ਲੱਗਦੇ ਹੈ। ਚੋਪੜਾ ਸਾਹਿਬ ਇੱਕ ਹਿੰਦੂ ਜੈਂਟਲਮੈਨ ਹੈ ਜਿਹਨੇ ਪੈਂਟ ਸ਼ਰਟ ਪਾਈ ਹੋਈ ਹੈ ਅਤੇ ਸਿਰ ਦੇ ਉੱਪਰ ਹੈਟ ਲਈ ਹੋਈ ਹੈ। ਸ਼ਰਨ ਸਿੰਘ ਇੱਕ ਸਰਦਾਰ ਹੈ ਜਿਹਨੇ ਸਿਰ ਦੇ ਉੱਪਰ ਪੱਗ ਬੰਨ੍ਹੀ ਹੋਈ ਹੈ ਅਤੇ ਕੁੜਤਾ ਪਜਾਮਾ ਪਾਇਆ ਹੋਇਆ। ਉਹ ਗਲੀ ਦੀ ਇੱਕ ਨੁੱਕਰ 'ਤੇ ਰੁਕ ਕੇ ਗੱਲਾਂ ਕਰਨ ਲੱਗਦੇ ਹੈ। ਚੋਪੜਾ ਸਾਹਿਬ ਕਹਿੰਦੇ ਹੈ, ਤੁਸੀਂ ਵੀ ਸਰਦਾਰ ਸਾਹਿਬ ਬੜੇ ਜ਼ੋਰਾਵਰ ਹੋ, ਦੇਖੋ ਮੱਲੋ ਮੱਲੀ ਘਸੀਟੀ ਲਿਜਾਂਦੇ ਹੋ। ਤਾਂ ਕੋਈ ਸ਼ਰਨ ਸਿੰਘ ਕਹਿੰਦਾ ਹੈ, ਉਹ ਦੇਖੋ ਜਿਹਦਾ ਸਬਜ਼ ਰੰਗ ਦਾ ਛੱਜਾ, ਗਲੀ ਵਿੱਚ ਦੋ ਵਾਰੀਆਂ ਨੇ, ਛੱਜੇ 'ਤੇ ਖਲੋ ਜਾਓ, ਉਹ ਤਾਂ ਫਰਨ ਫਰਨ ਹਵਾ ਵਗਦੀ ਹੈ। ਅੱਗੋਂ ਚੋਪੜਾ ਸਾਹਿਬ ਕਹਿੰਦੇ, ਬੜੇ ਡਾਢੇ ਹੋ, ਮੈਂ ਅਰਜ਼ ਪਿਆ ਕਰਨਾ ਹੈ ਕਿ ਮੇਰਾ ਸੌਦਾ ਕਰਨ ਦਾ ਕੋਈ ਇਰਾਦਾ ਨਹੀਂ, ਮੈਂ ਤਾਂ ਤੁਹਾਡੇ ਮਜਬੂਰ ਕਰਨ ਕਰਕੇ ਨਾਲ ਆ ਗਿਆ। ਇਹ ਗੱਲ ਤੁਸੀਂ ਰਹਿਣ ਦਿਓ, ਮੈਂ ਸਭ ਜਾਣਦਾ, ਚੀਜ਼ ਇਹੋ ਜਿਹੀ ਲੈ ਕੇ ਦਿਆਂਗਾ ਕਿ ਉਮਰ ਭਰ ਯਾਦ ਰੱਖੋਗੇ। ਤੁਸੀਂ ਚਲੋ ਤਾਂ ਸਹੀ, ਇੱਕ ਵਾਰੀ ਤੁਹਾਨੂੰ ਮਕਾਨ ਵਿਖਾ ਲਿਆਵਾਂ। ਚੋਪੜਾ, ਮਗਰ 50,000 ਕੀਮਤ ਵੀ ਤਾਂ ਬਹੁਤ ਹੈ, ਤੁਸੀਂ ਅੰਦਰੋਂ ਮਕਾਨ ਦੇਖੋਗੇ ਫਿਰ ਪਤਾ ਲੱਗੂਗਾ ਚੀਜ਼ ਕੀ ਹੈ। ਬੜੀ ਰੀਝ ਨਾਲ ਬਣਿਆ ਹੋਇਆ ਮਕਾਨ ਹੈ, ਵੈਸੇ ਤੁਸੀਂ ਜਾਣਦੇ ਹੋ ਮੂੰਹੋਂ ਮੰਗੀ ਤਾਂ ਮੌਤ ਵੀ ਨਹੀਂ ਮਿਲਦੀ। ਰਹੀ ਗੱਲ ਕੀਮਤ ਦੀ, ਉਹ ਮੈਂ ਆਪੇ ਗੱਲ ਕਰ ਲਊਂਗਾ। ਵੈਸੇ ਮਕਾਨ ਮਾਲਕ ਅੜਬ ਬਹੁਤ ਹੈ, ਕੁਛ ਸਮਝਾਉਣਾ ਬੁਝਾਉਣਾ ਹੀ ਪਊਗਾ, ਉਹਨੇ ਤਾਂ ਮਕਾਨ ਨੂੰ ਜਾਣ ਤੋਂ ਵੱਧ ਪਿਆਰਾ ਰੱਖਿਆ ਹੋਇਆ। ਚੋਪੜਾ ਕਹਿੰਦਾ, ਇਹ ਹੁਣ ਤੁਸੀਂ ਜਾਣੋ। ਕਿਉਂ ਨਹੀਂ ਕਿਉਂ ਨਹੀਂ, ਇਹ ਤਾਂ ਮੇਰੀ ਡਿਊਟੀ ਹੋਈ, ਆਖਰ ਦਲਾਲੀ ਕਿਸ ਕੰਮ ਦੀ ਲੈਣੀ ਹੈ। ਅਤੇ ਇਹ ਗੱਲਾਂ ਕਰਦੇ ਕਰਦੇ ਉਹ ਅੱਗੇ ਚਲੇ ਜਾਂਦੇ। ਅਗਲੇ ਸੀਨ ਵਿੱਚ ਕਿਸ਼ਨ ਦੇਈ ਦੇ ਘਰ ਦੀ ਬੈਠਕ ਨਜ਼ਰ ਆਉਂਦੀ ਹੈ। ਸੋ ਕਮਰੇ ਤੋਂ ਦਰਮਿਆਨੇ ਮੇਲ ਦੇ ਘਰਾਣੇ ਦਾ ਪ੍ਰਭਾਵ ਪੈਂਦਾ। ਕਮਰੇ ਵਿੱਚ ਥੋੜ੍ਹਾ ਜਿਹਾ ਫਰਨੀਚਰ ਹੈ ਪਰ ਸਾਫ਼ ਸੁਥਰਾ। ਕੰਧ ਦੇ ਉੱਪਰ ਇੱਕ ਸੈਲਫ ਬਣੀ ਹੋਈ ਹੈ ਅਤੇ ਸੈਲਫ ਦੇ ਉੱਪਰ ਕੁਝ ਕਿਤਾਬਾਂ ਪਈਆਂ ਹੋਈਆਂ ਨੇ। ਇੱਕ ਪਾਸੇ ਇੱਕ ਮੰਜਾ ਡੱਠਾ ਹੋਇਆ। ਜਦੋਂ ਕਮਰੇ ਦਾ ਪਰਦਾ ਉੱਠਦਾ ਤਾਂ ਕਿਸ਼ਨ ਦੇਈ
कमरे का फर्नीचर वगैरह साफ करती नज़र आती है। सो उन्हें बड़े सादे कपड़े पहने हुए है, शायद घर दियाँ सफाइया करके। वो कम करती करती भाव अंगीठी ते पंजा किताबा पूंजती हुई गोडे गोडे घट्टा चढ़िया होया किताबा ते, सुदर्शन सुदर्शन, उधरों सुदर्शन आ जाता है। दस झाई बेटा तू ये कमरा साफ नहीं किया, देखो ना किस तरह सारिया किताबा घट्टे नाल लथपथ होईयां पईयां। झाई मैं तो हुणे बाजारों आना है। अच्छा मैनू चेता ही भुल गया सी, घर दियां सफाइयां करन विच तां मेरी मत मारी जांदी है, रता ध्यान ना दिओ तां घट्टे नाल हुलिया ही बदल जांदा। सुदर्शन कहिंदा पर झाई तू भी एवें लगी रहनी है सारा दिन, एवें ही लगी रहनी है, जरा कोठे ते जाके देख कमरे का फर्श लिशका मारदा है, वेख के तबीयत खुश हो जाती है। पर मैं कड़ा किसी के सिर सहान करनी है, अपना ही काम करनी है। उदों बूहा खड़के जाता, सुदर्शन देखण जाता तो आके कहिंदा झाई शरण सिंह दलाल आया। फिर आ धमकिया, इन्हां दलालां ने कहा जी साड़िया, कोई ना कोई दिमाग चट्टण आया ही रहिंदा। शरण सिंह नमस्ते भैन जी, किशन देई कहिंदी है तूं भरावा फिर आ गया, मैं तैनू किन्नी वार कह चुकी हाँ मैं मकान नहीं वेचना, नहीं वेचना, कोई मजबूरी है, कोई जबरदस्ती है। अगो शरण सिंह कहिंदा तुसी मेरी गल तां सुणदे ही नहीं, मैं तुहानू इह कहिण बिल्कुल नहीं आया कि तुसी आपदा मकान वेच दिओ, तुसी वेचो ना वेचो तुहाडी दौलत है। हाँ मैं किसे वेले काम आ सकां, तुहाडी कोई सेवा कर सकां, हाजर है, तां फिर होर की गल है। प्यारे विद्यार्थियो इस तों अगे इस एकांगी का पाठ तुसी खुद करना है, क्योंकि समय नूं ध्यान च रखते हुए सारी एकांगी नूं इत्थे पढ़िया नहीं जा सकता। सो इस तों अगे तुसी खुद पढ़ोगे। हुण मैं तुहाडे नाल गऊमुखा शेरमुखा एकांगी दे विशा वस्तु बारे गलबात करदा हाँ। गऊमुखा शेरमुखा एकांगी वह एकांगी है जिस विच लेखक सानू यह दसना चाहता है कि किस तरह चलाक लोग भोले भाले लोगों नू अपने चुंगल विच फसा के, गल्लां बातां विच ला के, वहमां भरमां विच फसा के अपना मतलब कढ लैंदे आ। इस एकांगी दे विच मुख पात्र है किशन दी, जिहदा पति गुजर चुके है ते एक बेटा है जिन्हें दसवीं दे पेपर दिते हुए ने, उस कोले एक बड़ा खूबसूरत मकान है। एक इस एकांगी दे विच पात्र है शरण सिंह जिहड़ा दलाल है। एक पात्र है चोपड़ा जी जिन्हों मकान की लोड़ है। सो प्यारे विद्यार्थियो एकांगी दे शुरू विच इह लगता है कि किशन दे ही अपना मकान वेचना नहीं चाहती, चोपड़ा जी मकान खरीदना नहीं चाहते, परंतु शरण सिंह वह दलाल है जिहड़ा झूठ बोल बोल के वहमां भरमां विच फसा के किशन देई नूं मकान वेचण ते चोपड़ा जी नूं मकान खरीदण लई मजबूर कर दिंदा है। किशन देई दे मकान दे दो रस्ते ने, किशन देई नूं इह कह के डराउंदा रहिंदा है कि तुहाडे घर दा मुख दरवाजा जिहड़ा उह शेरमुख है, ते चोपड़ा जी नूं इह कह के लालच दिंदा है कि घर दा मुख गेट तां मगरला है जिहड़ा गऊमुख है। इस तरह दोनों नूं वहम भरम विच पा के सौदा करवा दिंदा ते अपना हल कर लैंदा। सो प्यारे विद्यार्थियों सीमित समय दे विच सारी एकांगी दा पाठ करना संभव नहीं हैगा। सो बड़ी खूबसूरत एकांगी है, तुसीं इस एकांगी दा पाठ खुद करोगे, आप पढ़ोगे ते एकांगी दे पिछे दित्ते हुए अभ्यास नूं भी खुद अपनियां कापियां दे उपर हल करोगे। सो अभ्यास दे विच साडे कोले दो तरह की एक्सरसाइज है प्यारे विद्यार्थियो। पहली एक्सरसाइज हैगी है पात्र चित्रण करना। सो इस एकांगी दे चार मुख पात्र है जिन्हां विचों नमूने के तौर पर एक पात्र चित्रण तुहानू मैं करवाउणा है ते बाकी तीन तुसी उसे तरह ही आप करोगे। सो बड़े सौखा तरीका तुहानू पात्र चित्रण करन दा दसदा हाँ, ध्यान नाल सुनो प्यारे विद्यार्थियो।
ਹੁਣ ਅਸੀਂ ਇਕਾਂਗੀ ਵਿੱਚੋਂ ਇੱਕ ਪਾਤਰ ਚਿਤਰਨ ਕਰਦੇ ਹਾਂ। ਸੋ ਪਾਤਰ ਚਿਤਰਨ ਕਰਨ ਲਈ ਇਕਾਂਗੀ ਵਿੱਚੋਂ ਕਿਸੇ ਇੱਕ ਪਾਤਰ ਦੇ ਸਾਰੇ ਵਾਰਤਾਲਾਪ ਅਲੱਗ ਕਰਕੇ ਉਸਦੇ ਸੁਭਾਅ ਦੇ ਲੱਛਣ ਲੱਭੇ ਜਾ ਸਕਦੇ ਹਨ। ਉਦਾਹਰਣ ਦੇ ਤੌਰ 'ਤੇ ਅਸੀਂ ਇਸ ਗਊਮੁਖਾ ਸ਼ੇਰਮੁਖਾ ਇਕਾਂਗੀ ਵਿੱਚੋਂ ਕਿਸ਼ਨਦੇਈ ਦਾ ਪਾਤਰ ਚਿਤਰਨ ਕਰਦੇ ਹਾਂ। ਕਿਸ਼ਨਦੇਈ ਦੇ ਕੁਝ ਵਾਰਤਾਲਾਪ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ। ਇਹਨਾਂ ਵਾਰਤਾਲਾਪਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਇਹਦੇ ਵਿੱਚੋਂ ਉਹਦੇ ਸੁਭਾਅ ਦਾ ਕੋਈ ਨਾ ਕੋਈ ਲੱਛਣ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਸੋ ਇਕਾਂਗੀ ਦੇ ਸ਼ੁਰੂ ਵਿੱਚ ਹੀ ਅੰਗੀਠੀ ਦੇ ਪੰਜਾਂ ਕਿਤਾਬਾਂ ਪੂੰਝਦੀ ਹੋਈ ਉਹ ਬੋਲਦੀ ਹੈ, ਕਹਿੰਦੀ ਗੋਡੇ ਗੋਡੇ ਘੱਟਾ ਚੜ੍ਹਿਆ ਹੋਇਆ ਕਿਤਾਬਾਂ 'ਤੇ, ਸੁਦਰਸ਼ਨ ਸੁਦਰਸ਼ਨ ਬੇਟਾ ਤੂੰ ਇਹ ਕਮਰਾ ਸਾਫ਼ ਨਹੀਂ ਕੀਤਾ, ਵੇਖੋ ਨਾ ਕਿਸ ਤਰ੍ਹਾਂ ਸਾਰੀਆਂ ਕਿਤਾਬਾਂ ਘੱਟੇ ਨਾਲ ਹੱਥ ਪੱਥ ਹੋਈਆਂ ਪਈਆਂ ਨੇ, ਐਵੇਂ ਹੀ ਲੱਗੀ ਰਹਿੰਦੀ ਆ। ਜ਼ਰਾ ਕੋਠੇ 'ਤੇ ਜਾ ਕੇ ਵੇਖ, ਕਮਰੇ ਦਾ ਫਰਸ਼ ਲਿਸ਼ਕਾਂ ਮਾਰਦਾ, ਵੇਖ ਕੇ ਤਬੀਅਤ ਖੁਸ਼ ਹੁੰਦੀ ਹੈ। ਸੋ ਪਿਆਰੇ ਵਿਦਿਆਰਥੀਓ, ਅਸੀਂ ਇਹਨਾਂ ਤਿੰਨਾਂ ਵਾਰਤਾਲਾਪਾਂ ਵਿੱਚੋਂ ਉਹਦਾ ਇੱਕ ਇਹ ਗੁਣ ਲੱਭਦੇ ਹਾਂ ਕਿ ਕਿਸ਼ਨਦੇਈ ਹੈ ਜਿਹੜੀ ਉਹ ਸਫਾਈ ਪਸੰਦ ਹੈ। ਹੁਣ ਜਦੋਂ ਅਸੀਂ ਉਹਦਾ ਪਾਤਰ ਚਿਤਰਨ ਕਰਾਂਗੇ, ਉਹਦਾ ਇੱਕ ਪੁਆਇੰਟ ਬਣਾਵਾਂਗੇ ਸਫਾਈ ਪਸੰਦ, ਅਤੇ ਅਸੀਂ ਲਿਖਾਂਗੇ ਕਿ ਕਿਸ਼ਨਦੇਈ ਸਫਾਈ ਪਸੰਦ ਹੈ। ਇਕਾਂਗੀ ਦੇ ਸ਼ੁਰੂ ਵਿੱਚ ਹੀ ਉਹ ਅੰਗੀਠੀ 'ਤੇ ਪਈਆਂ ਹੋਈਆਂ ਕਿਤਾਬਾਂ ਨੂੰ ਸਾਫ਼ ਕਰਦੀ ਨਜ਼ਰ ਆਉਂਦੀ ਹੈ ਅਤੇ ਆਪਣੇ ਪੁੱਤਰ ਸੁਦਰਸ਼ਨ ਨੂੰ ਕਮਰੇ ਦੀ ਸਫਾਈ ਨਾ ਕਰਨ ਬਾਰੇ ਪੁੱਛਦੀ ਹੈ ਅਤੇ ਆਪਣੇ ਕਮਰੇ ਦੀਆਂ ਫਰਸ਼ਾਂ ਉਸਨੇ ਸਾਫ਼ ਕਰਕੇ ਲਿਸ਼ਕਾ ਦਿੱਤੀਆਂ ਹਨ। ਇਸ ਤਰ੍ਹਾਂ ਅੱਗੇ ਉਹਦੇ ਕੁਝ ਹੋਰ ਵਾਰਤਾਲਾਪ। ਭਰਾਵਾ ਮੈਂ ਘਰ ਬੜੀ ਰੀਝ ਨਾਲ ਬਣਵਾਇਆ, ਆਪ ਸਾਹਮਣੇ ਖਲੋ ਕੇ ਮਨ ਮਰਜ਼ੀ ਦੇ ਫਰਸ਼ ਪਵਾਏ ਸਨ। ਜੀ ਮੈਂ ਇਹ ਮਕਾਨ ਆਪਣੇ ਸਾਹਮਣੇ ਰੀਝ ਨਾਲ ਬਣਵਾਇਆ ਸੀ, ਨੀਹਾਂ ਵਿੱਚ ਤਿੰਨ ਤਿੰਨ ਗਜ ਰੋੜੀ ਕੁੱਟੀ ਹੋਈ ਹੈ ਅਤੇ ਫਰਸ਼ ਇਹੋ ਜਿਹੇ ਹੈ ਕਿ ਵਿੱਚੋਂ ਮੂੰਹ ਪਿਆ ਦਿਸਦਾ, ਉੱਪਰਲਾ ਕਮਰਾ ਤਾਂ ਖਾਸ ਬਣਿਆ ਹੋਇਆ। ਵਿਦਿਆਰਥੀਓ, ਇਹਨਾਂ ਦੋਹਾਂ ਵਾਰਤਾਲਾਪਾਂ ਦੇ ਵਿੱਚੋਂ ਸਾਨੂੰ ਇੱਕ ਸਾਂਝਾ ਗੁਣ ਇਹ ਲੱਭਦਾ ਹੈ ਕਿ ਕਿਸ਼ਨਦੇਈ ਹੈ ਜਿਹੜੀ ਉਹ ਕਿਸੇ ਵੀ ਕੰਮ ਨੂੰ ਬੜੀ ਰੀਝ ਨਾਲ ਕਰਦੀ ਹੈ, ਉਹ ਰੀਝ ਨਾਲ ਕਰਨ ਵਾਲੀ ਹੈ। ਹੁਣ ਅਸੀਂ ਲਿਖਾਂਗੇ ਕਿ ਰੀਝ ਨਾਲ ਕੰਮ ਕਰਨ ਵਾਲੀ, ਅਤੇ ਅੱਗੇ ਅਸੀਂ ਇਹ ਦੋ ਵਾਰਤਾਲਾਪ ਉਹਦੇ ਵਿੱਚ ਉਦਾਹਰਨ ਵਜੋਂ ਲਿਖ ਦਾਂਗੇ। ਅੱਗੇ ਹੋਰ ਵਾਰਤਾਲਾਪ ਤੁਹਾਡੇ ਨਾਲ ਸਾਂਝੇ ਕਰਦਾ। ਕਿਉਂ ਸੁਦਰਸ਼ਨ, ਆਪਣੇ ਕਿਸੇ ਕਾਰ ਵਿਹਾਰ ਵਿੱਚ ਲੱਗ ਜਾਵੇਂ ਤਾਂ ਚੰਗਾ ਹੀ ਹੈ, ਤੂੰ ਆਪਣਾ ਖੱਟਣ ਕਮਾਉਣ ਲੱਗ ਪਏਗਾ ਤਾਂ ਹੋਰ ਬਥੇਰੇ ਮਕਾਨ ਲੈ ਲਵੇਂਗਾ, ਫਿਰ ਤੇਰਾ ਵਿਆਹ ਵੀ ਕਰ ਦਿਆਂਗੀ ਅਤੇ ਨਿੱਕੀ ਜੀ ਛਣਕਣੀ ਮਣਕਣੀ ਨੂੰਹ ਘਰ ਵਿੱਚ ਆ ਜਾਵੇਗੀ, ਮੈਂ ਵੀ ਮਰਨ ਤੋਂ ਪਹਿਲਾਂ ਆਪਣੀਆਂ ਮੁਰਾਦਾਂ ਵੇਖ ਲਵਾਂਗੀ। ਅੱਛਾ, ਕਦੀ ਪਰਮਾਤਮਾ ਮੇਰੀ ਵੀ ਤਾਂ ਸੁਣੇਗਾ ਹੀ, ਇਹੋ ਜਿਹੀ ਸੋਹਣੀ ਸਜਾਈ ਨੂੰਹ ਲਿਆਊਂਗੀ ਜਿਹੜੀ ਅੰਦਰ ਬੈਠੇ ਅਤੇ ਬਾਹਰ ਪਿਆ ਚਾਨਣ ਹੋਵੇ, ਫਿਰ ਮੇਰੇ ਘਰ ਨਿੱਕੇ ਜਿਹੇ ਪੋਤਰੇ ਹੋਣਗੇ ਅਤੇ ਮੈਂ ਉਹਨਾਂ ਨੂੰ ਦਿਨੇ ਰਾਤ ਖੜਾਉਂਦੀ ਨਾ ਥੱਕੂੰਗੀ। ਸੋ ਇਹਨਾਂ ਸਾਰੇ ਵਾਰਤਾਲਾਪਾਂ ਵਿੱਚੋਂ ਸਾਨੂੰ ਇੱਕ ਸਾਂਝਾ ਗੁਣ ਇਹ ਲੱਭਦਾ ਹੈ ਕਿ ਕਿਸ਼ਨਦੇਈ ਆਪਣੇ ਪੁੱਤਰ ਨੂੰ ਪਿਆਰ ਕਰਨ ਵਾਲੀ ਹੈ, ਉਹ ਆਪਣੇ ਪੁੱਤਰ ਦੇ ਭਵਿੱਖ ਦੀ ਚਿੰਤਾ ਕਰਦੀ ਹੈ, ਉਹ ਆਪਣੇ ਪੁੱਤਰ ਦੇ ਵਿਆਹ ਦੇ ਸੁਪਨੇ ਦੇਖਦੀ ਹੈ। ਅੱਗੇ ਇੱਕ ਹੋਰ ਵਾਰਤਾਲਾਪ ਤੁਹਾਡੇ ਨਾਲ ਸਾਂਝਾ ਕਰਦਾ। ਕਿਸ਼ਨਦੇਈ ਇਕਾਂਗੀ ਦੇ ਸ਼ੁਰੂ ਵਿੱਚ ਸ਼ਰਨ ਸਿੰਘ ਨੂੰ ਕਹਿੰਦੀ ਹੈ, ਤੂੰ ਭਰਾਵਾ ਫੇਰ ਆ ਗਿਆ, ਮੈਂ ਤੈਨੂੰ ਕਿੰਨੀ ਵਾਰ ਕਹਿ ਚੁੱਕੀ ਹੈ ਮੈਂ ਮਕਾਨ ਨਹੀਂ ਵੇਚਣਾ, ਨਹੀਂ ਵੇਚਣਾ, ਕੋਈ ਮਜਬੂਰੀ ਹੈ, ਜ਼ਬਰਦਸਤੀ ਹੈ। ਅਤੇ ਇਕਾਂਗੀ ਦੇ ਅੰਤ ਵਿੱਚ ਸ਼ਰਨ ਸਿੰਘ ਨੂੰ ਕਹਿੰਦੀ ਹੈ, ਤੂੰ ਭਰਾਵਾ ਡਾਢਾ ਨਿਕਲਿਆ, ਤੇਰਾ ਤਾਂ ਉਹ ਹਾਲ ਹੈ, ਅਖੇ ਫਿਰਨੀ ਬੇਬੇ ਫਿਰ, ਲੋਹੇ ਦੀਆਂ ਲੱਤਾਂ, ਕਾਠ ਦਾ ਸਿਰ, ਫੇਰੇ ਮਾਰ ਮਾਰ ਕੇ, ਗੱਲਾਂ ਕਰ ਕਰਕੇ ਆਖਰ ਮੇਰਾ ਮਕਾਨ ਵੇਚ ਹੀ ਛੱਡਿਆ। ਸੋ ਪਿਆਰੇ ਵਿਦਿਆਰਥੀਓ, ਇਹਨਾਂ ਵਾਰਤਾਲਾਪਾਂ ਦੇ ਵਿੱਚੋਂ ਅਸੀਂ ਉਹਨਾਂ ਦਾ ਸਾਂਝਾ ਗੁਣ ਲੱਭਦੇ ਹਾਂ ਕਿ ਕਿਸ਼ਨਦੇਈ ਕਿਸੇ ਦੀਆਂ ਗੱਲਾਂ ਵਿੱਚ ਆ ਜਾਣ ਵਾਲੀ ਹੈ। ਜਿਹੜੀ ਪਹਿਲਾਂ ਮਕਾਨ ਨੂੰ ਵੇਚਣਾ ਨਹੀਂ ਸੀ ਚਾਹੁੰਦੀ, ਸ਼ਰਨ ਸਿੰਘ ਨੇ ਗੱਲਾਂ ਮਾਰ ਮਾਰ ਕੇ ਉਹਨੂੰ ਆਪਣੇ ਮਗਰ ਲਾ ਲਿਆ ਅਤੇ ਉਹਦਾ ਮਕਾਨ ਵਿਕਾਤਾ। ਅੱਗੇ ਕੁਝ ਹੋਰ ਵਾਰਤਾਲਾਪ। ਇੱਕ ਵਾਰਤਾਲਾਪ ਵਿੱਚ ਸ਼ਰਨ ਸਿੰਘ ਕਹਿੰਦਾ ਹੈ, ਹਾਂ ਸੱਚ, ਤੁਹਾਡੇ ਘਰ ਦੇ ਸਾਹਮਣੇ ਇੱਕ ਖੂਹ ਹੁੰਦਾ ਸੀ, ਤਦ ਹੀ ਲੋਕ ਆਖਦੇ ਨੇ ਕਿ ਖੂਹ ਦੇ ਸਾਹਮਣੇ ਵਾਲਾ ਮਕਾਨ ਨਿਆਸ਼ ਹੁੰਦਾ। ਅਤੇ ਕਿਸ਼ਨਦੇਈ ਉਹਦੇ ਉੱਤਰ ਵਿੱਚ ਜਵਾਬ ਦਿੰਦੀ ਹੈ,
ਕਹਿੰਦੀ ਹਾਂ ਸੁੱਖ ਤਾਂ ਮੈਂ ਇੱਥੇ ਵਾਕਿਆ ਨਹੀਂ ਪਾਇਆ। ਜਦੋਂ ਸੁਦਰਸ਼ਨ ਦੇ ਬਾਊ ਜੀ ਗੁਜ਼ਰੇ ਮਕਾਨ ਬਣਿਆ ਹਾਲੇ ਸਾਲ ਵੀ ਨਹੀਂ ਹੋਇਆ ਸੀ। ਕਿਉਂ ਸੁਦਰਸ਼ਨ ਫਿਰ ਮਕਾਨ ਵੇਚ ਦੀਏ? ਸੋ ਪਿਆਰੇ ਬੱਚੋ, ਕਿਸ਼ਨ ਦੇਈ ਦੇ ਇਹਨਾਂ ਵਾਰਤਾਲਾਪਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਕਿਸ਼ਨ ਦੇਈ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੀ ਹੈ। ਉਹ ਖੂਹ ਨੂੰ ਨਹਿਸ਼ ਕਹਿੰਦੀ ਹੈ ਅਤੇ ਫਿਰ ਇਹ ਵੀ ਕਹਿੰਦੀ ਹੈ ਕਿ ਇਹ ਉਦੋਂ ਮਕਾਨ ਬਣਿਆ ਹੀ ਬਣਿਆ ਸੀ ਜਦੋਂ ਸੁਦਰਸ਼ਨ ਦੇ ਬਾਊ ਜੀ ਗੁਜ਼ਰ ਗਏ ਸੀ ਅਤੇ ਇਹਨਾਂ ਵਹਿਮ ਭਰਮਾਂ ਕਰਕੇ ਉਹ ਮਕਾਨ ਵੇਚਣ ਲਈ ਤਿਆਰ ਹੋ ਜਾਂਦੀ। ਸੋ ਅਸੀਂ ਜਦੋਂ ਲਿਖਾਂਗੇ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੀ ਅਤੇ ਉਹਦੇ ਵਿੱਚ ਇਹ ਦੋ ਉਦਾਹਰਨਾਂ ਦੇ ਦਿਆਂਗੇ। ਸੋ ਇਸ ਤਰ੍ਹਾਂ ਅੱਗੇ ਹੋਰ ਕੁਝ ਵਾਰਤਾਲਾਪ ਨੇ। ਸ਼ਰਨ ਸਿੰਘ ਕਹਿੰਦਾ ਸੁਦਰਸ਼ਨ ਨਿੱਕਾ ਜਿਹਾ ਹੁੰਦਾ ਸੀ ਜਦੋਂ ਇਹਦੇ ਬਾਊ ਜੀ ਗੁਜ਼ਰੇ ਨੇ। ਕਿਸ਼ਨ ਦੇਈ ਕਹਿੰਦੀ ਉਦੋਂ ਇਹ 8 ਕੁ ਸਾਲ ਦਾ ਸੀ। ਅੱਛਾ ਭਰਾਵਾ, ਕਿਸਮਤ ਦੀ ਲਿਖੀ ਨੂੰ ਕੌਣ ਮੋੜ ਸਕਦਾ? ਅਖੇਰਾਈ ਘਟੇ ਨਾ ਤਿਲ ਵਧੇ ਜੋ ਲਿਖਿਆ ਕਰਤਾਰ। ਅੱਗੇ ਕਹਿੰਦੀ ਹੈ ਅੱਛਾ ਸਮਾਂ ਪਾ ਕੇ ਸੱਭੇ ਕੁਝ ਹੋ ਜਾਏਗਾ, ਬਦਕਿਸਮਤ ਤਾਂ ਉਹ ਜੋ ਇਸ ਵਸਤੀ ਵਾੜੀ ਨੂੰ ਛੱਡ ਕੇ ਚਲੇ ਗਏ। ਇਹਨਾਂ ਵਾਰਤਾਲਾਪਾਂ ਤੋਂ ਅਸੀਂ ਇਹ ਪਤਾ ਲਗਾਉਂਦੇ ਹਾਂ ਕਿ ਕਿਸ਼ਨ ਦੇਈ ਰੱਬ ਅਤੇ ਕਿਸਮਤ 'ਤੇ ਭਰੋਸਾ ਰੱਖਣ ਵਾਲੀ ਸੀ। ਉਹਨੂੰ ਐਂ ਲੱਗਦਾ ਸੀ ਕਿ ਜੋ ਕੁਛ ਕੀਤਾ ਇਹ ਰੱਬ ਨੇ ਕੀਤਾ, ਜੋ ਕੁਛ ਕੀਤਾ ਮੇਰੀ ਕਿਸਮਤ ਨੇ ਕੀਤਾ। ਕਿਸ਼ਨ ਦੇਈ ਦੇ ਸਾਰੇ ਵਾਰਤਾਲਾਪ ਪੜ੍ਹਨ ਤੋਂ ਬਾਅਦ, ਸੁਣਨ ਤੋਂ ਬਾਅਦ ਅਸੀਂ ਉਸ ਦੇ ਸੁਭਾਅ ਦੇ ਕੁਝ ਗੁਣ ਲੱਭਣ ਵਿੱਚ ਕਾਮਯਾਬ ਹੋਏ ਹਾਂ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਕਿਸ਼ਨ ਦੇਈ ਸਫਾਈ ਪਸੰਦ ਔਰਤ ਸੀ, ਰੀਝਾਂ ਨਾਲ ਕੰਮ ਕਰਨ ਵਾਲੀ ਹੈ, ਪੁੱਤਰ ਨੂੰ ਪਿਆਰ ਕਰਨ ਵਾਲੀ, ਪੁੱਤਰ ਦੇ ਭਵਿੱਖ ਦੀ ਚਿੰਤਾ ਕਰਨ ਵਾਲੀ, ਪੁੱਤਰ ਦੇ ਵਿਆਹ ਦੇ ਸੁਪਨੇ ਦੇਖਣ ਵਾਲੀ, ਗੱਲਾਂ ਵਿੱਚ ਆ ਜਾਣ ਵਾਲੀ, ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੀ, ਰੱਬ 'ਤੇ ਕਿਸਮਤ 'ਤੇ ਭਰੋਸਾ ਰੱਖਣ ਵਾਲੀ ਹੈ। ਸੋ ਪਿਆਰੇ ਵਿਦਿਆਰਥੀਓ, ਇਸੇ ਮੈਥਡ ਨਾਲ ਤੁਸੀਂ ਇਸ ਇਕਾਂਗੀ ਦੇ ਹੋਰ ਪਾਤਰ ਅਤੇ ਹੋਰ ਇਕਾਂਗੀਆਂ ਦੇ ਪਾਤਰ ਚਿਤਰਨ ਕਰੋਗੇ। ਸੋ ਇਸ ਤਰੀਕੇ ਨੂੰ ਯਾਦ ਰੱਖਣਾ ਇਹ ਸਭ ਤੋਂ ਸੌਖਾ ਅਤੇ ਵਧੀਆ ਤਰੀਕਾ ਹੈ। ਪਿਆਰੇ ਵਿਦਿਆਰਥੀਓ, ਪਾਤਰ ਚਿਤਰਨ ਤੋਂ ਇਲਾਵਾ ਇਕਾਂਗੀ ਦੇ ਅਭਿਆਸ ਦੇ ਵਿੱਚ ਇੱਕ ਹੋਰ ਪ੍ਰਸ਼ਨ ਹੁੰਦਾ ਹੈ, ਇੱਕ ਵਾਰਤਾਲਾਪ ਦੇ ਕੇ ਉਹਦੇ ਵਿੱਚੋਂ ਕੁਝ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ ਕਿਹਾ ਜਾਂਦਾ ਹੈ। ਸੋ ਆਪਾਂ ਹੁਣ ਉਹ ਕਰਾਂਗੇ। ਸਭ ਤੋਂ ਪਹਿਲਾਂ ਇੱਕ ਵਾਰਤਾਲਾਪ ਦਿੱਤਾ ਹੋਇਆ, ਭਰਾਵਾ ਮੈਂ ਇਹ ਮਕਾਨ ਬੜੀ ਰੀਝ ਨਾਲ ਬਣਵਾਇਆ, ਆਪ ਸਾਹਮਣੇ ਖਲੋ ਕੇ ਮਨਮਰਜ਼ੀ ਦੇ ਫਰਸ਼ ਬਣਵਾਏ ਸਨ। ਸੁਦਰਸ਼ਨ ਦੇ ਬਾਊ ਜੀ ਨੂੰ ਘਰ ਦੀ ਸ਼ਾਨ ਬਣਾਉਣ ਦਾ ਬੜਾ ਸ਼ੌਂਕ ਹੁੰਦਾ ਸੀ। ਇਹਦੇ ਨਾਲ ਪ੍ਰਸ਼ਨ ਦਿੱਤੇ ਹੋਏ ਨੇ, ਇਹ ਸ਼ਬਦ ਕਿਸ ਨੇ ਕਿਸ ਨੂੰ ਅਤੇ ਕਿਉਂ ਕਹੇ? ਕਿਸ਼ਨ ਦੇਈ ਨੇ ਆਪਣਾ ਮਕਾਨ ਕਿਵੇਂ ਬਣਵਾਇਆ ਸੀ? ਸੁਦਰਸ਼ਨ ਦੇ ਬਾਊ ਜੀ ਦਾ ਕੀ ਸ਼ੌਂਕ ਸੀ? ਸੋ ਇਹਨਾਂ ਪ੍ਰਸ਼ਨਾਂ ਦੇ ਉੱਤਰ ਇਸ ਵਾਰਤਾਲਾਪ ਦੇ ਵਿੱਚੋਂ ਲੱਭਣੇ ਹੈ। ਸੋ ਇਹਨਾਂ ਪ੍ਰਸ਼ਨਾਂ ਦੇ ਉੱਤਰ ਹੈ, ਪਹਿਲੇ ਪ੍ਰਸ਼ਨ ਦਾ ਉੱਤਰ ਹੈ, ਇਹ ਸ਼ਬਦ ਕਿਸ਼ਨ ਦੇਈ ਨੇ ਸ਼ਰਨ ਸਿੰਘ ਨੂੰ ਉਦੋਂ ਕਹੇ ਜਦੋਂ ਸ਼ਰਨ ਸਿੰਘ ਕਹਿੰਦਾ ਹੈ ਕਿ ਉਹਨਾਂ ਦੇ ਮਕਾਨ ਦੇ ਫਰਸ਼ ਬਹੁਤ ਸੋਹਣੇ ਹਨ। ਕਿਸ਼ਨ ਦੇਈ ਨੇ ਆਪਣਾ ਮਕਾਨ ਬੜੀ ਰੀਝ ਨਾਲ ਬਣਵਾਇਆ ਸੀ। ਅਤੇ ਤੀਸਰੇ ਪ੍ਰਸ਼ਨ ਦਾ ਉੱਤਰ ਹੈ, ਘਰ ਦੀ ਸ਼ਾਨ ਬਣਾਉਣਾ ਸੁਦਰਸ਼ਨ ਦੇ ਬਾਊ ਜੀ ਦਾ ਸ਼ੌਂਕ ਸੀ। ਸੋ ਵਿਦਿਆਰਥੀਓ, ਇਸ ਤਰ੍ਹਾਂ ਦੇ 3 ਹੋਰ ਵਾਰਤਾਲਾਪ ਅਭਿਆਸ ਵਿੱਚ ਦਿੱਤੇ ਗਏ ਨੇ। ਸੋ ਤੁਸੀਂ ਇਸੇ ਤਰ੍ਹਾਂ ਉਹਨਾਂ ਨੂੰ ਆਪਣੀਆਂ ਕਾਪੀਆਂ ਦੇ ਵਿੱਚ ਕਰ ਲੈਣਾ ਹੈ। ਸੋ ਪਿਆਰੇ ਵਿਦਿਆਰਥੀਓ, ਸਮਾਂ ਸੀਮਿਤ ਹੋਣ ਕਰਕੇ ਤੁਹਾਡੇ ਨਾਲ ਬਹੁਤ ਘੱਟ ਗੱਲਾਂ ਕਰ ਸਕਿਆ ਹਾਂ। ਇੱਥੋਂ ਤੱਕ ਕਿ ਇਕਾਂਗੀ ਦਾ ਪਾਠ ਵੀ ਨਹੀਂ ਕੀਤਾ ਗਿਆ, ਉਹ ਤੁਸੀਂ ਆਪਣੇ ਆਪ ਖੁਦ ਕਰ ਲੈਣਾ। ਜੇ ਕਿਸੇ ਦਿਨ ਫਿਰ ਸਮਾਂ ਮਿਲਿਆ ਤਾਂ ਫਿਰ ਤੁਹਾਡੇ ਨਾਲ ਮੁਖਾਤਬ ਹੋਵਾਂਗਾ। ਸੋ ਪਿਆਰੇ ਵਿਦਿਆਰਥੀਓ, ਆਸ ਕਰਦਾ ਹੈ ਜਿੰਨਾ ਪੜ੍ਹਾਇਆ ਗਿਆ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਤੁਸੀਂ ਇਹ ਸਾਰਾ ਆਪਣੀਆਂ ਕਾਪੀਆਂ ਦੇ ਉੱਪਰ ਲਿਖ ਲੈਣਾ। ਸੋ ਤੁਸੀਂ ਧਿਆਨ ਨਾਲ ਸੁਣਿਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।